ਇਸੇ ਤਰ੍ਹਾਂ ਬੰਦਗੀ ਦਾ ਵੀ ਸਮਾਂ ਹੁੰਦਾ ਹੈ। ਬਿਲਕੁਲ ਅਬਦਰ ਰੋਕਦੇ ਹੋਏ ਜਾਲੇ ਨੂੰ ਝੱਟ ਸਵੇਰ ਦੇ ਖਾਈ ਪੀ ਜਾਂਦੇ, ਕੋਈ ਨੀ ਘਰੋਂ ਭੁੱਖੇ ਆ ਇੱਥੇ, ਕੋਈ ਸਾਰੇ ਰੱਜੇ ਗੁੱਜੇ ਚੰਗੇ ਘਰਾਂ ਦੇ, ਉਹ ਕਿਹੜਾ ਸਾਡੇ ਵਾਂਗ ਮਾੜੇ ਘਰਾਂ ਦੇ ਪ੍ਰਧਾਨ ਬਹੁਤ ਚੁੱਕਾ ਜਿਹਨਾਂ ਨੂੰ ਘਰੋਂ ਰੋਟੀ ਨੀ ਮਿਲਦੀ ਨਾ ਸੱਚ, ਉਹ ਤਾਂ ਸੋਚਦਾ ਵੀ ਮੈਂ ਲੰਗਰ 'ਚ ਖਾਵਾਂਗੇ ਨਾ ਖਾਵਾਂ, ਜਿਹੜਾ ਅਸਲ ਗਰੀਬ ਹੁੰਦਾ ਉਹ ਤਾਂ ਬਾਹਰਲੀ ਤਹਿਰੀ ਤੋਂ ਵੀ ਪਰੇ ਹੁੰਦਾ, ਅਤੇ ਉਹਨੂੰ ਕੋਈ ਵਿਰਲਾ ਪਛਾਣਦਾ ਰੂਹਦਾਰੀਆ ਵੀ ਇਹਨੂੰ ਲੋੜ ਹੈ, ਇਹਨੂੰ ਭੁੱਖ ਆ, ਜਿਹਨੂੰ ਭੁੱਖ ਆ ਉਹਨੂੰ ਤਾਂ ਅਸੀਂ ਮੁੜ ਜਾਂਦੇ ਹਾਂ, ਆ ਜਿਹੜੇ ਨਾਲ ਦੇ ਸੇਵਾਦਾਰ ਲਿਫਾਫੇ ਭਰ ਭਰ ਘਰੇ ਦੇਈ ਜਾਂਦੇ ਹਾਂ, ਬਾਬੇ ਫਿਰ ਕੋੜੇ ਬੋਲਦੇ ਹੈ, ਕੀ ਬੋਲਦੇ ਹੈ ਬਾਬਾ ਫਿਰ ਕੋੜਾ ਬੋਲਦੇ ਹੈ, ਇੰਨੀ ਰੂਹਦਾਰੀ ਜੁੜੀ ਨਹੀਂ ਤੁਹਾਡੇ ਕੋਲ ਵੀ ਉੱਥੇ ਕੋਈ ਭੁੱਖਾ ਬੈਠਾ ਹੋਵੇ ਤਾਂ ਤੁਹਾਨੂੰ ਇੱਥੇ ਬੈਠਿਆ ਪਤਾ ਲੱਗ ਜੇ ਕਿ ਜੁੜ ਗਈ ਇੰਨੀ। ਜੁੜ ਗਈ ਇੰਨੀ ਰੂਹਦਾਰੀ, ਉਹਦਾ ਕੀ ਪਤਾ ਉਹਨੇ ਕੀ ਬਣ ਕੇ ਆ ਜਾਣਾ, ਜਿਹਨੂੰ ਦੇਣਾ ਉਹਨੂੰ ਤਾਂ ਤੁਸੀਂ ਦਬਕੇ ਮਾਰਦੇ ਐ, ਮਾਰੇ ਕਿ ਨਹੀਂ ਮਾਰੇ, ਇਹ ਪਤਾ ਨਹੀਂ ਕਿਹੜਾ ਰੂਪ ਧਾਰ ਕੇ ਆ ਜੇ ਉਹ, ਮੈਂ ਦੱਸ ਗਿਆ ਥੋੜ੍ਹਾ ਨਾ ਮੈਂ ਆ ਗਿਆ ਵਾਂ ਵੀ ਮੈਂ ਲੰਗਰ ਛਕਣਾ ਤੁਹਾਡੇ ਤੋਂ, ਤੂੰ ਦੱਸ ਕੇ ਆਇਆ ਕਦੇ, ਤੂੰ ਫਕੀਰ ਦੱਸ ਕੇ ਆਇਆ ਵੀ ਅੱਜ ਤੁਹਾਡੇ ਘਰ ਦੀ ਰੋਟੀ ਖਾਣੀ, ਇਹ ਤਾਂ ਸਾਰੇ ਹੀ ਪੁੰਨ ਕਮਾ ਲੈਣਾ, ਠੀਕ ਆ ਸਮਾਂ ਜ਼ਿਆਦਾ ਹੋ ਗਿਆ, ਬਥੇਰਾ ਸਭਾ ਅੱਜ ਤਾਂ ਸਾਡੇ ਵਾਰੀ ਹੋਏ, ਤੁਹਾਡੇ 'ਚ ਕੋਈ ਇੱਦਾਂ ਦਾ ਸ਼ਖਸ ਹੈਗਾ ਜਿਹਨੇ ਗੁਰੂ ਧਾਰਨਾ ਨਹੀਂ ਕੀਤੀ ਜਾਂ ਜਿਹਨੇ ਕੋਈ ਨਾਮਦਾਨ ਨਹੀਂ ਲਿਆ, ਹੈਗਾ ਕੋਈ
ਸਾਰਿਆਂ ਨੇ ਗੁਰੂ ਧਾਰਨਾ ਕੀਤੀ ਹੋਈ ਹੈ। ਦੂਜਾ ਕੱਪੜੇ ਆਣਾ ਕਿੱਥੇ ਆ? ਉਹਦਾ ਸੋਈ ਜਾਂਦਾ ਹੈ, ਥੱਕ ਗਿਆ ਵਾ। ਤੇਰਾ ਜਵਾਕ ਆ ਬਾਬੇ ਪੁੱਤਰ ਤੂੰ ਆਉਣਾ, ਇਹ ਮੂੰਹ ਖਰਾਬ ਹੋ ਗਏ। ਬਾਬੇ ਨੇ ਤੈਨੂੰ ਇੱਕ ਦੀ ਬਜਾਏ ਦੋ ਦੇ ਦੀ, ਕੋਈ ਸਾਹਮਣ ਵਾਲਾ ਵੀ ਤੂੰ ਫਿਰ ਦੋ ਕਿਹੜੇ ਹੋ ਗਏ, ਦੋ ਕਿਹੜੇ ਹੋ ਗਏ, ਇੱਕ ਤਾਂ ਪਹਿਲਾਂ ਹੀ ਆ। ਇੰਨਾ ਕੀ ਸੋਚਦਾ ਰਹਿੰਦਾ ਵਾ, ਕੀ ਸੋਚਦਾ ਇੰਨਾ? ਫਿਰ ਸੋਚਿਆ ਕਰ, ਜੇ ਸੋਚਦਾ ਨਹੀਂ ਤਾਂ ਕਰੇਗਾ ਕੀ ਕੱਲ ਨੂੰ? ਲੈ ਸਾਡੇ ਆ ਕੇ ਤੂੰ ਲੱਗਦਾ, ਸਾਡੇ ਲਈ ਤਾਂ ਟਾਈਮ ਹੈ ਨਹੀਂ ਤੇਰੇ ਕੋਲ, ਦੁਨੀਆਦਾਰੀ ਲਈ ਟਾਈਮ ਆ, ਸਾਡੇ ਲਈ ਕਿੱਥੇ ਟਾਈਮ ਆ ਤੇਰੇ, ਯਾਰਾ ਦੋਸਤਾਂ ਲਈ ਟਾਈਮ ਆ, ਬਾਬਿਆਂ ਲਈ ਤਾਂ ਬਚਿਆ ਬਿਲਾ ਟਾਈਮ ਆ। ਬੋਲਦਾ ਨੀ ਚੱਲਣ ਦੇ ਮਾੜਾ ਜਾ ਵਿੱਚ ਸਾਡਾ ਹੁੰਦਾ ਸਾਨੂੰ ਆਵਾਜ਼ ਕਿਉਂ ਮਾਰਨੀ ਪੈਂਦੀ? ਜਿਹਨਾਂ ਦੇ ਮਸਲੇ ਹੈ ਨੀ ਉਹਨਾਂ ਦਾ ਸੱਦਣਾ ਹੀ ਨਹੀਂ, ਇੰਨਾ ਫਾਲਤੂ ਟਾਈਮ ਥੋੜ੍ਹਾ ਨਾ ਆਪਣੇ ਕੋਲ, ਨਾ ਤੁਹਾਡੇ ਕੋਲ ਨਾ ਸਾਡੇ ਕੋਲ, ਅਸੀਂ ਵੀ ਹੁਕਮ ਦੇ ਬੰਦੇ ਆਏ ਹਾਂ, ਹੁਕਮ ਦੇ ਬੰਦੇ ਚਲੇ ਜਾਂਦੇ। ਮਰਜ਼ੀ ਨਾਲ ਨਾ ਤਾਂ ਕੋਈ ਇੱਥੇ ਬੈਠਾ ਨਾ ਜਾ ਸਕਦਾ, ਜੇ ਕੋਈ ਆਪਣੀ ਮਨ ਮਰਜ਼ੀ ਕਰਦਾ ਤੇ ਉਹਨੂੰ ਉਹਦਾ ਖਾਮਿਆਜਾ ਭੁਗਤਣਾ ਪੈਂਦਾ, ਚਾਹੇ ਅਧਿਆਤਮਕ ਦੀ ਗੱਲ ਕਰ ਲਓ ਚਾਹੇ ਦੁਨੀਆਦਾਰੀ। ਜੇ ਕੋਈ ਆਪਣੇ ਮਾਂ ਬਾਪ ਦੇ ਹੁਕਮ ਦੇ ਖਿਲਾਫ ਜਾਂ ਆਪਣੇ ਗੁਰੂ ਦੇ ਖਿਲਾਫ ਚੱਲ, ਉਹਦਾ ਖਾਮਿਆਜਾ ਉਹਨੂੰ ਅੱਜ ਨਹੀਂ ਤੇ ਕੱਲ ਭੁਗਤਣਾ ਪੈਂਦਾ। ਕਿ ਨਹੀਂ ਭੁਗਤਣਾ ਪੈਂਦਾ? ਜਿਹੜਾ ਇੱਕ ਗੱਦੀ ਤਾਂ ਕਿਸੇ ਦੀ ਸਾਂਝੀ ਨਹੀਂ ਹੁੰਦੀ, ਪਰ ਇੱਕ ਫਕੀਰ ਦੀ ਇਹ ਖੁਸ਼ੀ ਹੁੰਦੀ ਆ ਵੀ ਜਿਹੜੀ ਮੇਰੀ ਗੱਦੀ ਦਾ ਸੇਵਾਦਾਰ ਮੇਰੇ ਘਰ 'ਚੋਂ,
ਇਸ ਫਕੀਰ ਦੀ ਨਹੀਂ ਉਸ ਫਕੀਰ ਖੁਸ਼ੀ ਹੁੰਦੀ ਹੈ, ਕਿਉਂਕਿ ਨਵਾਂ ਮਕਾਨ ਤਿਆਰ ਕਰਨਾ ਬੜਾ ਔਖਾ ਹੈ, ਪੁਰਾਣੇ ਦੀ ਮੁਰੰਮਤ ਕਰਨੀ ਸੌਖੀ। ਇੱਕ ਜਿਹੜੇ ਘਰ 'ਚ ਚੀਜ਼ ਪਈ ਹੈ ਨਾ, ਉੱਥੇ ਉਹਦਾ ਸਫ਼ਰ ਤੈਅ ਕਰਨਾ ਸੌਖਾ, ਪਰ ਇੱਕ ਨਵੇਂ ਘਰ 'ਚ ਚੀਜ਼ ਦਾਖਲ ਹੁੰਦੀ ਹੈ, ਉਹ ਸਿੱਖਦਾ ਕਰਦਾ ਅਮਲ ਕਰਦਾ ਅੱਧੀ ਉਮਰ ਲੱਗ ਜਾਂਦੀ। ਹਾਂ, ਜਦੋਂ ਕਾਬਲ ਨਹੀਂ ਹੁੰਦਾ ਇਹ ਫਿਰ ਫਕੀਰੀ ਅੱਗੇ ਲੱਗ। ਤੈਨੂੰ ਸਾਰਿਆਂ ਦੇ ਵਿੱਚ ਮੈਂ ਗੱਲ ਤਾਂ ਕਹਿਣਾ, ਮੈਂ ਕੱਲ੍ਹ ਨੂੰ ਤੇਰੇ ਮਨ 'ਚ ਗਿਲਾ ਛਕਾਉਣਾ, ਅੱਜ ਤੇਰੀ ਹੈ, 2 ਸਾਲ ਹੈ ਤੇਰੇ, ਜਿਹੜਾ ਸਾਨੂੰ ਅਧਿਆਤਮ ਵਿੱਚ ਕੁਝ ਕਰਕੇ ਦਿਖਾਏਗਾ ਉੱਥੇ ਤੂੰ ਹੋਏਗਾ, ਨਹੀਂ ਫਿਰ ਇਹਨਾਂ 'ਚੋਂ ਪਤਾ ਨਹੀਂ ਕਿਹੜਾ ਹੋਊਗਾ। 2 ਸਾਲ ਹੈ ਤੇਰੇ ਕੋਲ, 2 ਸਾਲ ਤੇਰੇ ਆ, 3 ਸਾਲ ਸਾਡਾ, ਫਿਰ ਇਹਨਾਂ 'ਚੋਂ ਦੇਖਾਂਗੇ ਕਿਹੜਾ। ਭਗਤ ਹੁੰਦਾ ਹੈ ਨਾ, ਉਹਦਾ ਨਾ ਰੁਤਬਾ ਰੱਬ ਤੋਂ ਵੀ ਉੱਚਾ, ਪਰ ਤਾਂ ਹੈ ਜੇ ਕੋਈ ਭਗਤ ਬਣੇ, ਅੰਦਰੋਂ ਬਣੇ ਬਾਹਰੋਂ ਤਾਂ ਸਾਰੇ ਹੀ ਹੈ। ਆਪਾਂ ਬਾਹਰ ਦੀ ਕਮਾਈ ਨਹੀਂ ਕਰਨੀ, ਸਾਨੂੰ ਅੰਦਰ ਦੀ ਚਾਹੀਦੀ ਹੈ। ਆ ਜਿਹੜੀ ਗੱਲ ਕੀਤੀ ਨਾ ਲੰਗਰ ਵਾਲੀ, ਬੈਠੇ ਬੈਠੇ ਹੋਈ ਤਾਂ ਪਤਾ ਲੱਗ ਜਾਵੇ ਉੱਥੇ ਆਇਆ ਕੋਈ, ਚਾਰ ਜਣੇ ਖੇਡ ਖੇਡ ਹੱਸੀ ਜਾਂਦੇ, ਸਾਡਾ ਮਜ਼ਾਕ ਬਣੀ ਜਾਂਦਾ। ਤਾਂ ਕਾਹਦੀ ਆ ਹੈਂ, ਕਿੰਨੀ ਆ, ਸਤ ਸਤੰਬਰ ਨੂੰ ਤੇਰੇ ਘਰੇ ਮੇਲਾ ਏ, 7 ਸਤੰਬਰ ਨੂੰ ਤੇਰੇ ਘਰੇ ਆ ਮੇਲਾ। ਹਾਂ, ਤੂੰ ਤਾਂ ਹੋਰ ਹੀ ਕਿਹਾ ਲਈ, ਤੂੰ ਮੋਹ ਮਾਇਆ ਵਸਿਆ ਫਿਰਦਾ, ਚੋਰੀ ਚੋਰੀ ਕਰਾਉਣਾ। ਫਿਰ ਇਹਨਾਂ ਨੂੰ ਕਹਿ ਆਉਣ ਨਾ ਆਉਣ, ਇਹਨਾਂ ਦੀ ਇੱਛਾ, ਇਹ ਘਰਾਂ 'ਚ ਕਾਟ ਦੇਣ ਜਾਏਗਾ ਇਹਨਾਂ ਨੂੰ, ਫਿਰ ਜਾਣ ਕੇ ਦੂਰ ਕਰਾਉਂਦਾ ਮੇਰੇ ਕੋਲ ਆਵੇ ਨਾ ਕੋਈ, ਜਾਣ ਕੇ ਕਰਾਉਂਦਾ, 2 ਮਹੀਨੇ ਲਾ ਲਾ, ਉਸ ਤੋਂ ਬਾਅਦ ਲਾ ਕੇ ਰੱਖ ਦੇ, ਉਸ ਤੋਂ ਬਾਅਦ ਲਾ ਕੇ ਰੱਖ ਦੇ। ਹੋਰ ਆਪਣੇ ਆ ਮੇਲਾ, ਕਿੱਥੇ ਆ, ਇੱਧਰ ਉਰਾ, ਇੱਧਰ ਆ ਜਾਓ ਬਾਬਾ ਜੀ, ਆਪਦੇ ਆਪ ਨਹੀਂ ਦੱਸਦੇ, ਉਹ ਨਹੀਂ ਆਉਂਦੇ, ਅਸੀਂ ਸਾਡੇ ਕੱਲੇ ਗੁਰੂ ਨੂੰ ਲੈ ਜੀ, ਆ ਜਾ ਉਹ ਇੱਥੇ ਆ, ਕੀ ਪ੍ਰੋਗਰਾਮ ਆ, ਕਦੇ ਨਾ ਮਨ 'ਚ ਇਹ ਨਹੀਂ ਸੋਚਣਾ, ਮੇਲਾ ਚਾਹੇ ਛੋਟਾ ਹੋਵੇ ਚਾਹੇ ਵੱਡਾ, ਮੇਲਾ ਮੇਲਾ ਹੀ ਹੁੰਦਾ। ਬਿਲਕੁਲ ਜੀ, ਬਿਲਕੁਲ, ਚਾਹੇ ਉਹਦੇ 10 ਜਣੇ ਬੈਠੇ ਹੋਣ ਸੰਗਤਾਂ ਵਾਲੇ, ਪਰ ਸੁਣਨ ਵਾਲੇ ਹੋਣੇ ਚਾਹੀਦੇ, ਉਹਦੀ ਪੁਕਾਰ ਕਰਨ ਵਾਲੇ ਹੋਣੇ ਚਾਹੀਦੇ, ਰੂਹਦਾਰੀ ਲਿਆਉਣੀ। ਤੈਨੂੰ ਕੀ ਲੱਗਦਾ ਸਾਰੇ ਸੁਣਨ ਵਾਲੇ ਬੈਠੇ ਆ, ਸਾਰੇ ਸੁਣਨ ਵਾਲੇ ਵੀ ਨਹੀਂ ਹੁੰਦੇ, ਸਾਰੇ ਸੌਣ ਵਾਲੇ ਵੀ ਨਹੀਂ ਇਹਨਾਂ 'ਚ,
ਕੀ ਪਤਾ ਕਿਸੇ ਦੇ ਪੱਲੇ ਗੱਲ ਪਏ ਜੀ। ਕੀ ਪ੍ਰੋਗਰਾਮ ਦੱਸ ਇਹਨਾਂ ਨੂੰ, ਅੱਜ ਪਤਾ ਨੀ ਕਿਵੇਂ ਟੇਕ ਕੇ ਬੈਠੇ ਇੱਥੇ। ਦੱਸ ਇਹਨਾਂ ਨੂੰ ਕੀ ਪ੍ਰੋਗਰਾਮ। 7 ਸਤੰਬਰ ਨੂੰ ਬਾਬਾ ਜੀ ਦੀ ਕਿਰਪਾ ਦੇ ਨਾਲ ਦਿੱਲੀ ਦੇ ਵਿੱਚ ਜੋ ਵੀ ਹੋ ਰਹੇ ਬਾਬਾ ਜੀ ਕਰੇਂਗੇ, ਮੈਂ ਤਾਂ ਕੁਛ ਨਹੀਂ ਕਰਨ ਵਾਲਾ, ਬਾਕੀ ਇਹਨਾਂ ਦੀ ਕਿਰਪਾ ਨਾਲ 7 ਸਤੰਬਰ ਨੂੰ ਭੰਡਾਰਾ ਦਿੱਲੀ ਕਰਾਇਆ ਜਾ ਰਿਹਾ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਪਹੁੰਚੋ ਉੱਥੇ ਜੋ ਵੀ ਹੈ। 7 ਤਰੀਕ ਦਿੱਲੀ ਦੁਪਹਿਰੇ 12 ਵਜੇ। ਬਾਕੀ ਬਾਬਾ ਜੀ ਗਰੁੱਪ ਦੇ ਵਿੱਚ ਤੁਸੀਂ ਦੱਸ ਦਿਓ, ਮੈਂ ਬਾਬਾ ਜੀ ਦੀ ਇੱਛਾ ਦੇ ਨਾਲ ਜੋ ਵੀ ਹੁੰਦਾ ਬਾਬਾ ਜੀ ਕਰਾਂਗੇ। ਵਧਾਈਆਂ ਦਿਓ ਵੀ ਮੇਲੇ ਦੇ, ਇੱਥੋਂ ਹੀ ਦੇ ਦਿਓ। ਚਾਹੇ ਦੁਨੀਆਦਾਰੀ ਹੈ ਚਾਹੇ ਫਕੀਰੀ ਹੈ, ਅਗਰ ਤੁਹਾਨੂੰ ਕੋਈ ਪਿਆਰ ਨਾਲ ਅਦਬ ਨਾਲ ਸਤਿਕਾਰ ਨਾਲ ਕੋਈ ਵੀ, ਚਾਹੇ ਕੋਈ ਤੁਸੀਂ ਉਹਨੂੰ ਜਾਣਦੇ ਹੋ ਚਾਹੇ ਨਹੀਂ ਜਾਣਦੇ, ਜੇ ਕਿਸੇ ਪੀਰ ਫਕੀਰ ਸੰਤ ਮਹਾਂਪੁਰਸ਼ ਦੀ ਮਹਿਫਲ ਜਾਂ ਉਹਦਾ ਮੇਲਾ ਜਾਂ ਕੋਈ ਵੀ ਚੌਂਕੀ ਜਿੱਥੇ ਦੇ ਨਾਮ ਦਾ ਗਿੱਧਾ ਪੈਣਾ ਹੋਵੇ ਨਾ, ਜੇ ਕੋਈ ਪਿਆਰ ਨਾਲ ਆ ਕੇ ਕਹਿ ਦੇ ਅਤੇ ਜੇ ਸਮੇਂ ਮਿਲਣਾ ਜਾਇਆ ਜ਼ਰੂਰ, ਚਾਹੇ 10 ਮਿੰਟ ਲਈ ਜਾਣ, ਕਿਉਂਕਿ ਜਿਹੜਾ ਇੱਕ ਰਾਹੀ ਹੁੰਦਾ ਨਾ ਜਿਹਦੇ ਘਰ ਵਿਆਹ ਹੁੰਦਾ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ, ਜ਼ਰੂਰੀ ਨਹੀਂ ਤੁਸੀਂ ਜਿਹੜਾ ਸ਼ਗਨ ਦਿੰਦੇ ਹੋ ਦੁਨਿਆਵੀ ਚੀਜ਼ਾਂ ਦਿੰਦੇ ਹੋ ਇਹ ਜ਼ਰੂਰੀ ਨਹੀਂ, ਅਗਰ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮੇਂ ਕੱਢ ਕੇ ਜਾਓਗੇ ਨਾ ਤਾਂ ਉਹਦੀ ਰੂਹ ਬਹੁਤ ਖੁਸ਼ ਹੁੰਦੀ, ਉਹਦੇ ਪਿੱਛੇ ਜਿਹੜਾ ਉਹਦਾ ਪੀਰ ਉਹਦਾ ਗੁਰੂ ਬਹੁਤ ਖੁਸ਼ ਹੁੰਦੇ। ਭੀੜੀ ਤਾਂ ਸਾਰੇ ਖੜੋਂਦੇ ਆ, ਮਜ਼ਾ ਦਾਦਾ ਜਦ ਕੋਈ ਇਕੱਲੇ ਨਾ ਖੜੋ। ਅਗਰ ਕਿਸੇ ਕੋਲ ਵੀ ਸਮਾਂ ਨਿਕਲੇ ਜ਼ਰੂਰੀ ਨਹੀਂ ਜਿਹਦੇ ਕੋਲ, ਤਾਂ ਇਸ ਮੇਰੇ ਪੁੱਤਰ ਦੇ ਘਰ 7 ਤਰੀਕ ਨੂੰ ਮਿਲ ਲੈ, ਕਿਉਂਕਿ ਸਾਰੇ ਪੁੱਤਰ ਹੈ ਪਰ ਕੁਝ ਪੁੱਤਰ ਇੱਦਾਂ ਦੇ ਹੁੰਦੇ ਜਿਹੜੇ ਮੂੰਹ ਕੁਝ ਬੋਲ ਕੇ ਕਹਿੰਦੇ ਨਹੀਂ ਪਿਓ ਨੂੰ ਵੀ ਸਾਨੂੰ ਆ ਚਾਹੀਦਾ, ਪਰ ਪਿਓ ਨੂੰ ਪਤਾ ਹੁੰਦਾ ਕਦੋਂ ਕੀ ਦੇ, ਅਤੇ ਸਾਨੂੰ ਪਤਾ ਇਹਨੂੰ ਕਿੱਥੇ ਕੀ ਦੇ। ਜਿਹਨੇ ਲੱਖਾਂ ਦੇ ਦਾਦੇ ਦੇ ਨਾਮ ਦਾ ਆਪਣੇ ਗੁਰੂ ਦੇ ਨਾਮ ਦਾ ਹੋਕਾ ਵਜਾਏ ਨੇ ਉਹਦੇ ਨਾਂ ਦਾ ਆਸਰਾ ਤੱਕਿਆ, ਸਾਰੀ ਦੁਨੀਆਂ 'ਚ ਇਕੱਲਾ ਖੜੋਤਾ ਅਤੇ ਅਸੀਂ ਨਾਂ, ਅਤੇ ਤੁਸੀਂ ਵੀ ਜਿੰਨੀ ਸੰਗਤ ਸੁਣਦੀ ਪਈ ਅਗਰ ਤੁਹਾਡੇ ਕੋਲ ਸਮਾਂ ਮਿਲੇ ਨਾ ਉੱਥੇ ਪਹੁੰਚੇ ਜ਼ਰੂਰ, ਕਿਉਂਕਿ ਅਸੀਂ ਨਾ ਬੜੀਆਂ ਸੰਗਤਾਂ ਘਰ ਜਾਂਦੇ ਹਾਂ, ਉੱਚੀਆਂ ਮਹਿਲਾਂ ਦੇ ਵੀ ਜਾਂਦੇ ਤਾਂ ਖੁੱਲੀ ਵਾਲਿਆਂ ਦੇ ਵੀ ਜਾਂਦੇ, ਪਰ ਜਿਹੜਾ ਨਜ਼ਾਰਾ ਖੁੱਲੀ 'ਚ ਆਉਂਦਾ ਨਾ ਉਹ ਉੱਚੀਆਂ ਮਹਿਲਾਂ 'ਚ ਨਹੀਂ ਆਈ, ਇਹ ਸ਼ੁਰੂ ਤੋਂ ਹੀ ਸੂਲ ਗਏ ਮਹਿਲਾਂ 'ਚ ਨਜ਼ਾਰਾ ਨਹੀਂ ਆਇਆ, ਮਹਿਲਾਂ 'ਚ ਜਾ ਕਦੇ ਖੁਸ਼ੀ ਨਹੀਂ ਮਿਲੀ, ਉਹਦੇ ਤਾਂ ਬਾਬੇ ਵੀ 2 ਮਿੰਟ ਚੌਂਕੀ ਭਰਦੇ ਆ ਗੱਲ ਕਰਨੀ ਹੈ ਤਾਂ ਠੀਕ ਹੈ ਨਹੀਂ ਕਹਿੰਦੇ ਨਾ ਜੀ ਮਗਰੋਂ ਹੀ ਲਾਉਂਦੇ, ਪਰ ਅਸੀਂ ਆਵਾਂਗੇ, ਹੋ ਸਕਿਆ ਤਾਂ ਸ਼ਾਇਦ ਇਹ ਵੀ ਜਾਣ ਪਰ ਅਸੀਂ ਜ਼ਰੂਰ ਆ, ਜੋ ਵੀ ਕਰਨਾ ਖੁਸ਼ੀ ਖੁਸ਼ੀ ਕਰਨਾ, ਸੋਚ ਕੇ ਨਹੀਂ ਕਰ, ਥੋੜ੍ਹਾ ਕਰੋ ਬਹੁਤਾ ਕਰੋ ਸਭ ਪ੍ਰਵਾਨ, ਇਹ ਨਹੀਂ ਸੋਚਣਾ ਥੋੜ੍ਹਾ ਘੱਟ ਹੈ ਚੱਲ ਤੇਰਾ ਗੁਰੂ ਵੀ ਆਊਗਾ ਹੈਂ।
ਮਲੰਗਾ ਜਾ ਕੇ ਆਈ ਇਹਨਾਂ ਮੈਂ ਇਕੱਲੀ ਟਿਕਟਾਂ ਹੀ ਕਰਾਉਂਦਾ ਰਹਿ ਜੇ ਤੇਰੀਆਂ ਆਓ ਅਸੀਂ ਵੀ ਆਵਾਂਗੇ ਜਿਹਦੇ ਪੀਰ ਫਕੀਰ ਸਾਡੇ ਨਾਲ ਚੱਲਦੇ ਉਹ ਸਭ ਹੋ ਗਏ ਉੱਥੇ ਪਰ ਗੱਲ ਇੱਕ ਹੈ ਜ਼ਿੰਦਗੀ ਦੇ ਵਿੱਚ ਕਦੇ ਬਾਹਲੀ ਸੋਚ ਜਾਂਦੀ ਜਿਨ੍ਹਾਂ ਦੇ ਨਾਲ ਮੁਰਸ਼ਦ ਆ ਕੇ ਖੜ ਜਾਂਦੇ ਆ ਨਾ ਉਹਨਾਂ ਨੂੰ ਦੁਨੀਆ ਵੀ ਸਾਰਿਆਂ ਦੀ ਲੋੜ ਨਹੀਂ ਪਈ ਜਿਹੜਾ ਜੀਆ ਜੰਗ ਦਿੱਤੇ ਆ ਉਹਨਾਂ ਦਾ ਰਿਜਕ ਪਹਿਲਾਂ ਹੀ ਲਿਖਿਆ ਕਿਹਨੂੰ ਕਿੱਥੇ ਕਿਵੇਂ ਕੀ ਮਿਲਣਾ ਕੀ ਨਹੀਂ ਮਿਲਣਾ ਖੁਸ਼ ਰਹਿ ਕੇ ਫੈਸਲਾ ਦਾ ਤਾਂ ਭਲੀ ਕਰੇ ਬੰਦਗੀ ਦੀ ਨਿਆਮਤ ਆਪਣੀ ਝੋਲੀ ਵਿੱਚੋਂ ਤੇਰੇ ਘਰ ਵਿੱਚੋਂ ਚੂਰੀ ਵਾਲਾ ਸ਼ਬਦ ਸੁਣਾ ਚੂਰੀ ਵਾਲਾ ਸ਼ਬਦ ਸੁਣਾ ਓਕੇ ਜੀ ਸਿੰਗਲ ਪੈਰ ਵੀ ਜੀ ਪੀਰ ਪੈਰ ਵੀ ਦੂਜੇ Thank you.
ਆਪਣੇ ਆਪ ਨੂੰ ਪਤਾ ਲੱਗੇ ਹੈ ਕੌਣ
ਦੁਨੀਆਂ ਦਾ ਬਹੂ ਕੋਈ ਕਹਿੰਦੀ ਹੈ ਜਿਹਨੂੰ ਮਰਜ਼ੀ ਖੜਾ ਦਿਓ, ਤੇਰੇ ਪਿੱਛੇ ਆ ਜਾਂ ਤੇਰੇ ਪਿੱਛੇ ਉਹ ਆ, ਪਿੱਛੇ ਹੀ ਖੜੇ ਮੈਂ ਕਿਹਾ ਅੱਗੇ ਨਹੀਂ ਆਉਂਦੇ ਫਿਰ ਮਜ਼ਾ ਤਾਂ ਜੇ ਅੱਗੇ ਆਉਣ, ਨਹੀਂ ਪਿੱਛੇ ਤਾਂ ਸਾਰਿਆਂ ਦੇ ਖੜੇ। ਸੇਵਾਦਾਰ ਨੂੰ ਮਿਲ ਕੇ ਜਾਈ ਕਿੱਦਾਂ ਸੇਵਾ ਦੇ ਪੈਣਾ, ਕਿੱਦਾਂ ਕਰਨਾ, ਕੀ ਜਾਪ ਕਰਨਾ, ਹੋਰ ਤਰੀਕਾ ਸਾਰਾ ਪੁੱਛ ਲਏ ਜੇ ਆਪਣੀ ਮਨ ਮਰਜ਼ੀ ਨਹੀਂ ਕਰਨੀ। ਜੇ ਆਪਣੀ ਮਨ ਮਰਜ਼ੀ ਖਾਵਾਂਗੇ ਫਿਰ ਦਗਾ ਖਾਵਾਂਗੇ। ਮਾਈ ਦੇ ਮਨ ਮੰਨਦਾ ਤੇਰਾ, ਮਾਈ ਦੇ ਮਨ ਮੰਨਦਾ, ਜੇ ਨਹੀਂ ਮੰਨਦਾ ਤਾਂ ਵੀ ਦੱਸ, ਕਿਸੇ ਹੋਰ ਦੇ ਮੰਨਦਾ ਤਾਂ ਵੀ ਦੱਸ। ਉਹਦਾ ਮਾਈ ਦੇ ਨਾਲ ਫਿਰ ਚੱਲ ਹੀ ਪੈਣਾ, ਉਹਦੇ 'ਚ ਕਰੇਗਾ ਤਾਂ ਹੀ ਪਤਾ ਲੱਗੂਗਾ ਕਿਹੜਾ ਚੱਲਦਾ। ਅੱਜ ਕੱਲ੍ਹ ਤਾਂ ਗਿੱਧੀ ਵਾਲੇ ਸਾਰੇ ਬਣਾਉਣ ਲੱਗ ਪਏ, ਗਲਤ ਗੱਲ ਹੈ। ਮੈਨੂੰ ਪਤਾ ਹੀ ਨਹੀਂ ਗੱਦੀ ਵਾਲਾ ਹੁੰਦਾ ਕੀ ਹੈ, ਕਿੱਥੋਂ ਚੱਲਿਆ, ਕਿਵੇਂ ਆਇਆ, ਕਰਦਾ ਕੀ ਹੈ, ਪਤਾ ਹੋਣਾ ਚਾਹੀਦਾ, ਫਿਰ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ। ਤਾਂ ਲੱਗੋ ਜੀ ਕੁਝ ਮਿਹਨਤ ਕਰਾਂਗੇ, ਜੇਕਰ ਇੱਕ ਜਗ੍ਹਾ ਖੱਡਾ ਪੱਟੀ ਆਵਾਂਗੇ ਅੱਜ ਨਹੀਂ ਤਾਂ ਕੱਲ੍ਹ ਪਾਣੀ ਨਿਕਲਣਾ ਹੀ ਨਿਕਲਣਾ। ਅੱਜ ਉੱਥੇ ਖੱਡਾ ਪੱਟ ਲਿਆ, ਕੱਲ੍ਹ ਉੱਥੇ ਪੜ ਰਿਹਾ, ਉੱਧਰ ਨਹੀਂ ਨਿਕਲਣਾ। ਕਾਲੀ ਨਹੀਂ ਪੈਣੇ ਕਾਲੇ ਯਾਰ, ਚੌਂ ਮਹੀਨੇ ਮੇਰੇ ਆਖੇ ਨਾ ਚੱਲ ਕੇ ਨਾ ਇੱਥੇ ਖੜਾ ਹੋਇਆ ਮੇਰੇ ਵਾਲੀ ਜਗ੍ਹਾ ਤੇ, ਚੌਂ ਕੁ ਮਹੀਨੇ ਮੇਰੇ ਹਿਸਾਬ ਨਾਲ ਚੱਲ ਗਿਆ। ਕਰਨਾ ਕੁਝ ਨਹੀਂ, ਮੈਂ ਹੂੰ ਹਾਂ ਹੀ ਕਰਨੀ ਹੈ, ਹਾਂਜੀ ਹਾਂਜੀ ਜੀ ਸਾਰਾ ਕੁਝ ਲੁਕਿਆ, ਜਿੱਥੇ ਕਹਿੰਦੇ ਨਾ ਨਾ ਜੀ ਬਸ ਕਰਨੀ ਬਦਲਦੀ ਹੈ, ਪਰ ਤੋਰ ਹੁੰਦਾ, ਤਰੀਕਾ ਹੁੰਦਾ, ਕਿੱਦਾਂ ਕਰ। ਆਟਾ ਤਾਂ ਸਾਰਿਆਂ ਘਰੇ ਪਿਆ, ਕੋਈ ਟੇਢੀਆਂ ਰੋਟੀਆਂ ਵੇਲਦਾ, ਕੋਈ ਸਿੱਧੀਆਂ, ਐਵੇਂ ਹੀ ਹੈ। ਸਬਜ਼ੀ ਸਾਰਿਆਂ ਘਰੇ ਪਈ ਹੈ, ਕੋਈ ਵਧੀਆ ਬਣਾਉਂਦਾ, ਕੋਈ ਮਾੜੀ, ਕੋਈ ਚੰਗੀ, ਤਰੀਕਾ ਹੁੰਦਾ। ਕੋਈ ਸਬਜ਼ੀ ਜੇ ਕੋਈ ਸੂਝਵਾਨ ਬਣਾਵੇ ਤਾਂ ਬੜੀ ਸਵਾਦ ਬਣਦੀ ਹੈ, ਜੇ ਕੋਈ ਜਾਣ ਬਣਾਵੇ ਕੋਈ ਮਿਰਚ ਘੱਟ ਵੱਧ ਹੋ ਗਈ ਤਾਂ ਬਸ। ਮੇਲੇ ਦੀ ਸਮਾਪਤੀ ਤੋਂ ਪਹਿਲਾਂ ਨਾ ਕੁੱਲੀ ਵੱਲ ਬਹਿ ਕੇ ਮਹਾਂ ਮਾਈ ਦੇ ਅੱਗੇ ਬਹਿ ਕੇ ਖਾਣੀ ਹੈ, ਦੋ ਇੱਥੇ ਹੀ ਖਾ ਕੇ ਜਾ। ਹਾਂਜੀ ਠੀਕ ਹੈ, ਮੈਂ ਬੇਟੇ ਨਾਲ ਗੱਲ ਕਰੀ ਹੈ। ਇਹਦੇ ਰਸਤੇ ਖੋਲੋ, ਇਹਦੇ ਬੜੇ ਸਾਲ ਹੋ ਗਏ, ਮੁਰਸ਼ਿਦ ਵਾਲਿਆਂ ਦੇ ਰਸਤੇ ਖੁੱਲੇ ਹੁੰਦੇ ਆ। ਹਾਂ ਇਹਦੀ ਕਿਰਪਾ ਕਰਦਾ ਇਹਨੂੰ ਥੋੜ੍ਹਾ ਜਿਹਾ ਹੋਰ, ਬੰਨਿਆ ਬੰਨਿਆ ਸਾਰੇ ਕਹਿੰਦੇ ਖੋਲਦਾ ਕੋਈ ਨਹੀਂ ਹੈਗਾ, ਹੋਰ ਸਾਰੇ ਕਹਿੰਦੇ ਬੰਨੇ। ਹਾਂ ਖੋਲ ਵਿੱਚੋਂ ਖੁੱਲਿਆ ਤਾਂ ਸੀਗਾ, ਇਹ
ਇਹਦੇ ਅੰਦਰਲੀਆਂ ਹਜ਼ਾਰ ਹਜ਼ਾਰ ਵਾਟ ਦੀਆਂ ਲਾਈਟਾਂ ਜਗਣੀਆਂ ਜਿਹਦੇ ਕੋਲ ਜੀਰੋ ਵਾਟ ਵਾਲੀ ਸਮਝਦੀ ਉਹਦੇ ਆਪਣੇ ਪੂਰਾ ਨਾਮ ਕੀ ਹੈ ਲੈ ਪੁੱਤਰ ਨਾਮ ਪੂਰਾ ਕੀ ਪੁੱਤਰ ਦੱਸ ਵਾਲਿਆ